पहला तो यह सुनो भी असं खड़े कितने हैं। बरनाले तुसी बस अड्डे ते उतरना, बस आना तो तुहाडे सामने एक वीडियो चल रही है, उहदे उत्ते आटो आ, आटो ते तुसी फ्री बैठना ते इस दुकान ते आ जाना सरदार हैंडूलम वालियां दे आ जाना। तो इत्थे तुहानूं सरदार गुरनाम सिंह जी मिल जाने। तो यह सरदार गुरनाम सिंह जी हुणां कोले धमाकेदार आफर है, जिन्होंने मैनू भी हैरान करता कि हैं एवें भी कोई दुकानदार दुकानदारी कर सकता। कोई शक वाली गल नहीं, कमाउण वास्ते बैठे आ, पर जे कोई बंदा किसी नूं कमाई दे के कमाई करे तां फिर वह बहुत आनंद वाली गल। आपां नूं गुरनाम सिंह जी बहुत कमाल दे ऑफर देने वाले आ, सुणियो आपां स्वागत करदे भाई। सत श्री अकाल। सत श्री अकाल भाई। यार कमाल, मैं तो हैरान रह गया तुहाडियां गल्लां सुन के। अच्छा, भी कोई दुकानदार एवें भी दुकानदारी कर सकता, मेरे सोचण तों परे गल हो गई। अच्छा, पहला आप बागां वाले पासे आ जाइए। हाँ जी हाँ, क्योंकि इन्हां चों मैनूं अपनियां दादियां नानियां दी खुशबू आउंदी आ। हाँ जी हाँ। तां इह पुराने बने होए ने? हाँ जी हाँ। इह लैंदे आ तुसीं? हाँ जी हाँ, आपां लैंदे आ जी। आ किन्ने दा लैंदे आ जी? फिगर बाग है जी, असीं 25-30 हज़ार दा लैंदे आ, लाल कपड़े ते काले कपड़े ते हुंदा। ਇਹ ਬਾਗ ਜੇ ਕਿਸੇ ਦੇ ਘਰੇ ਪਿਆ ਕੋਈ ਵੇਚਣਾ ਚਾਹੁੰਦਾ ਤਾਂ 25-30 ਹਜ਼ਾਰ ਦਾ ਦੇ ਸਕਦਾ? ਹਾਂਜੀ ਹਾਂ ਦੇ ਸਕਦਾ। ਪਰ ਹਾਂਜੀ ਹਾਂ, ਤੇ ਇਹ ਦੁਗਾ ਆ ਸਾਰੇ ਬਾਗ ਆ ਜੀ। ਇਹ ਆਪਾਂ 10 ਹਜ਼ਾਰ ਰੁਪਏ ਦਾ ਲੈਨੇ। ਇਹ ਤੁਸੀਂ 10 ਹਜ਼ਾਰ ਦਾ ਖਰੀਦ ਲੈਂਦੇ? ਹਾਂਜੀ ਹਾਂ, 10 ਹਜ਼ਾਰ ਦਾ ਸਮਾਨ ਦਿੰਦੇ ਹਾਂ, ਬਾਕੀ ਆ ਦਰੀਆਂ ਲੈਂਦੇ ਹਾਂ ਘਰ ਦੀਆਂ ਬੁਣੀਆਂ ਜੀ, ਪੁਰਾਣੀਆਂ ਦਰੀਆਂ ਵੀ ਸਾਨੂੰ ਦੇ ਸਕਦੇ ਹੋ। ਇਹ ਕੋਈ ਦੇ ਸਕਦਾ? ਹਾਂਜੀ। ਪਹਿਲਾਂ ਤੁਸੀਂ ਇਹ ਸੁਣਨਾ ਕਿ ਤੁਸੀਂ ਦੇ ਕੇ ਕੀ ਜਾ ਸਕਦੇ ਆ, ਫਿਰ ਉਸ ਤੋਂ ਬਾਅਦ ਲੈਣ ਵਾਲੀ ਗੱਲ ਬਾਅਦ 'ਚ ਹੈ। ਹਾਂਜੀ, ਆ ਸਾਰੇ ਬਾਗ ਨੇ, ਜਿਹੜਾ ਮਰਜ਼ੀ ਡਿਜ਼ਾਈਨ ਦਿਓ, ਕਿ ਆਪਾਂ 10 ਹਜ਼ਾਰ ਰੁਪਏ ਦਾ ਲੈਂਦੇ, ਸਮਾਨ ਦਿੰਦੇ ਹਾਂ ਜੀ ਇਹਦੇ ਵਿੱਚ। ਉਹਦੇ ਬਦਲੇ ਆਪਾਂ ਅਗਲੇ ਨੂੰ ਸਮਾਨ ਦੇ ਦਿੰਦੇ। ਲੈ ਕੁਛ ਵੀ ਲਵੇ, ਫਰਿੱਜ ਲਵੇ, ਵਾਸ਼ਿੰਗ ਮਸ਼ੀਨ ਲਵੇ, ਅਲਮਾਰੀ ਲਵੇ, ਬੈੱਡ ਲਵੇ, ਵੀ 10 ਹਜ਼ਾਰ 'ਚ ਕੁਛ ਵੀ ਲੈ ਸਕਦਾ ਜੀ। ਉਹਦੇ ਘਰੇ 2-3 ਜੋ ਦੇਣਾ ਚਾਹੁੰਦਾ ਦੇ ਸਕਦਾ? ਹਾਂਜੀ ਹਾਂ, ਉਹ ਜਿੰਨੇ ਮਰਜ਼ੀ ਦੇ ਸਕਦਾ। ਹਾਂਜੀ। ਤੇ ਜੇ ਮੰਨ ਕੇ ਚਲੋ ਵੀ ਕਿਸੇ ਬੰਦੇ ਦੇ ਘਰੇ ਵਾਸ਼ਿੰਗ ਮਸ਼ੀਨ ਹੈ ਪੁਰਾਣੀ, ਮੈਂ ਮਾਰਕੀਟ ਦੇ ਵਿੱਚ ਇਹ ਸੁਣਿਆ, ਪਹਿਲਾਂ ਮੇਰਾ ਤਜਰਬਾ ਸੁਣੋ, ਕਿ ਬਾਈ ਇਹ 1500 ਦੇ ਕੋਈ ਕੱਢਦੇ ਆ ਵਾਸ਼ਿੰਗ ਮਸ਼ੀਨ। ਹਾਂਜੀ। ਚੰਗੀ ਵੀ ਹੋਵੇ, ਕੰਮ ਚੱਲਦਾ ਵੀ ਹੋਵੇ, ਤਾਂ ਵੀ 1500 ਦੀ ਕੱਢਦੇ। ਤੁਸੀਂ ਕਿੰਨੇ ਦੀ ਕੱਢਦੇ? ਅਸੀਂ 5 ਹਜ਼ਾਰ ਦੀ ਕੱਢਦੇ ਹਾਂ ਜੀ, ਜਿਹੋ ਜੀ ਮਰਜ਼ੀ ਸਾਨੂੰ ਤੁਸੀਂ ਦਿਓ, ਚੱਲੇ ਨਾ ਚੱਲੇ, ਜਮਾਂ ਬੇਕਾਰ, ਅਸੀਂ 5 ਹਜ਼ਾਰ। ਟੁੱਟੀ ਵੀ ਹੋਵੇ? ਹਾਂਜੀ। ਵਾਸ਼ਿੰਗ ਮਸ਼ੀਨ ਹੋਵੇ? ਹਾਂਜੀ ਹਾਂ। ਉਹਦੇ ਵਿੱਚ ਪੁਰਜੇ ਮੋਟਰ ਸਣੇ ਪੂਰੇ ਹੋਣ? ਹਾਂ, ਜੇ ਨਾ ਜਿਹੋ ਜਿਹਾ ਮਰਜ਼ੀ ਹੋਵੇ ਜੀ, ਅਸੀਂ 5 ਦੀ ਕੱਟਣੀ ਆ। ਅਗਲਾ ਮੋਟਰ ਕੱਢ ਕੇ ਲਿਆਵੇ ਉਹ 'ਚ? ਫਿਰ ਉਹ ਨਹੀਂ, ਆਪਾਂ ਨੂੰ ਮਸ਼ੀਨ ਚਾਹੀਦੀ ਆ। ਮਸ਼ੀਨ ਚਾਹੀਦੀ? ਹਾਂਜੀ ਹਾਂ। ਹਾਂ, ਅਤੇ ਉਹ 5 ਹਜ਼ਾਰ ਦੀ ਆਪਾਂ ਕੱਟਾਂਗੇ? ਹਾਂਜੀ। 5 ਹਜ਼ਾਰ ਦੀ ਕੱਟ ਕੇ ਉਹਨੂੰ ਮੰਨ ਕੇ ਚੱਲੋ ਆਪਾਂ 15 ਹਜ਼ਾਰ ਦੀ ਦੇਵਾਂਗੇ ਜੀ, 8 ਕਿਲੋ ਦੀ ਮਸ਼ੀਨ ਆ ਜੀ, 5 ਸਾਲ ਦੀ ਇਹਦੀ ਗਰੰਟੀ ਆ ਵੋਲਟਸ ਕੰਪਨੀ ਦੀ, 15 ਦੀ ਦੇ ਕੇ 5 ਕੱਟ ਕੇ ਆਪਾਂ 10 ਹਜ਼ਾਰ ਹੀ ਲਵਾਂਗੇ। ਅੱਛਾ, ਆਪਾਂ ਤੇ ਆ ਫਰਿੱਜਾਂ ਤੇ ਕੀ ਸਕੀਮ ਆ ਜੀ? ਫਰਿੱਜਾਂ ਤੇ ਵੀ ਆਈ ਆ ਜੀ, ਫਰਿੱਜ 5 ਹਜ਼ਾਰ ਰੁਪਏ ਦਾ ਕੱਟ ਦਿੰਦੇ ਆ, ਪੁਰਾਣਾ ਜਿਹੋ ਜਿਹਾ ਮਰਜ਼ੀ ਖਰਾਬ ਦਿਓ, ਟੁੱਟਿਆ ਦਿਓ ਜੀ, ਬਿਲਕੁਲ ਬੇਕਾਰ, ਗਲਿਆ ਪਿਆ। ਹਾਂਜੀ ਹਾਂ, 5 ਹਜ਼ਾਰ ਦੇ ਕੱਟਿਆ ਜੀ। 5 ਹਜ਼ਾਰ ਦਾ ਕਟਾ ਕੇ? ਹਾਂਜੀ। ਤੇ ਫਰਿੱਜ ਤੋਂ? ਫਰਿੱਜ ਆਪਣੇ ਕੋਲ 16 ਹਜ਼ਾਰ ਤੋਂ ਸ਼ੁਰੂ ਆ, ਤੇ ਮੰਨ ਕੇ ਚਲੋ 16 11 ਚਲੇ ਜਾ। ਹਾਂਜੀ ਹਾਂ, 11 'ਚ। ਤੇ ਭਾਵੇਂ ਗਲਿਆ ਵਾ ਫਰਿੱਜ, ਜਿਹੋ ਜਿਹਾ ਮਰਜ਼ੀ ਹੋ, ਇੱਥੋਂ ਆਓ ਤੁਸੀਂ, ਇੱਥੋਂ ਆ ਕੇ ਪਸੰਦ ਕਰੋ, ਅਸੀਂ ਘਰੇ ਛੱਡ ਆਵਾਂਗੇ, ਪੁਰਾਣਾ ਚੱਕ ਲਵਾਂਗੇ, ਜਿੰਨਾ ਕੁ ਕਿਰਾਇਆ ਘੱਟ ਤੋਂ ਘੱਟ ਕਿਰਾਇਆ ਲੱਗੂ। 1000-1500 ਦੇ ਕਬਾੜੀਆਂ ਨੂੰ ਨਾ ਦਿਓ ਤੁਸੀਂ। ਹਾਂਜੀ। ਤੇ ਆਹ ਕੂਲਰਾਂ ਤੇ ਕੀ? ਕੂਲਰਾਂ ਦੀ ਸਕੀਮ ਬਹੁਤ ਵਧੀਆ ਜੀ ਆਪਣੀ, ਜੀ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆਪਣੇ ਕੋਲ ਚੱਲ ਰਹੀ। ਪੁਰਾਣਾ ਕੂਲਰ ਆਪਣਾ ਹਾਫ ਰੇਟ 'ਤੇ ਕੱਟਿਆ ਜਾਊ, ਜਿਵੇਂ 10 ਹਜ਼ਾਰ ਦਾ ਕੂਲਰ ਆ, ਇਹ 'ਚ 5 ਦਾ ਤੁਹਾਡਾ ਪੁਰਾਣਾ ਜਿਹੋ ਜਿਹਾ ਮਰਜ਼ੀ ਹੋਵੇ, 5 ਦਾ ਕੱਟਿਆ। 5 ਦਾ ਕੂਲਰ ਪੁਰਾਣਾ ਕੱਟਿਆ ਗਿਆ ਤੇ 5 ਹਜ਼ਾਰ ਦੇ ਕੇ ਕੂਲਰ ਲੈ ਜਾਓ, 10 5 ਚ ਲੈ ਜਾਓ। ਹਾਂਜੀ, 2 ਸਾਲ ਦੀ ਗਰੰਟੀ ਹਿੰਦ ਕੰਪਨੀ ਦਾ, KGC ਦਾ, 2 ਸਾਲ ਦੀ ਮੋਟਰ ਦੀ ਗਰੰਟੀ ਆ, 13 ਵਾਲਾ ਲਓ, 15 ਵਾਲਾ ਲਓ। ਨਹੀਂ, ਜਿਵੇਂ ਹੁਣ 15 ਵਾਲਾ ਲਿਆ, ਇਹ 'ਚ 7.5 ਦਾ ਕੱਟਿਆ ਗਿਆ ਆਪਣਾ, ਉਹੀ ਕੂਲਰ। ਹਾਂਜੀ ਹਾਂ, ਜਿਹੜਾ ਕੂਲਰ ਇੱਥੇ ਤੁਸੀਂ 5 ਦਾ ਕੱਟਦੇ ਸੀ, ਉਹੀ ਕੂਲਰ ਇੱਥੇ 7.5 ਦਾ ਕੱਟਤਾ? ਹਾਂਜੀ ਹਾਂ, ਇਹ 15 ਵਾਲਾ ਨਾ। ਅੱਛਾ, ਹਾਂਜੀ, ਮਤਲਬ ਕੂਲਰ ਉਹੀ ਆ, ਜੇ ਉੱਥੇ ਕਟਾਇਆ ਤਾਂ 5 ਹਜ਼ਾਰ ਦਾ, ਇੱਥੇ ਕਟਾਇਆ ਤਾਂ 7.5 ਦਾ। ਹਾਂਜੀ ਹਾਂ, ਇਹ ਵੱਡਾ ਹੋ ਗਿਆ, 2 ਸਾਲ ਦੀ ਗਰੰਟੀ ਵਾਲਾ। ਜੇ ਆਹ ਕੂਲਰ, ਥਾਰ ਕੂਲਰ, ਇਹ ਵੀ 15 ਦਾ ਜੀ, ਇਹਦੇ ਨਾਲ ਵੀ 7.5 ਦਾ ਕੱਟਿਆ ਜਾਊ, ਇਹ ਥਾਰ ਕੂਲਰ ਹੈ ਜੀ, ਸਾਰਿਆਂ ਨੂੰ ਜ਼ਿਆਦਾ ਰਿਵਾਜ਼ ਐਤ ਕੀ ਸਾਲ ਇਹਦਾ ਚੱਲਿਆ ਜੀ, ਇਹ ਥਾਰ ਕੂਲਰ ਦੇ ਨਾਲ ਅੱਧੋ 'ਚ ਅੱਧੋ 'ਚ ਪੁਰਾਣਾ ਕੱਟਿਆ ਜਾਊ। ਹਾਂਜੀ ਹਾਂ, ਕੱਟਿਆ ਜਾਊਗਾ। ਹਾਂਜੀ, ਤੇ ਆ ਓਵਨਾਂ ਤੇ ਕੀ ਕਰੋਗੇ? ਓਵਨ ਆਪਣਾ 5500 ਰੁਪਏ ਦਾ ਜੀ, 2 ਹਜ਼ਾਰ ਦਾ ਇਹ 'ਚ ਪੁਰਾਣਾ ਓਵਨ ਕਟਾ ਸਕਦੇ ਹੋ ਤੁਸੀਂ ਇਹਦੇ 'ਚ। ਅੱਛਾ, ਪੁਰਾਣਾ ਓਵਨ ਆਪਾਂ 2000 ਰੁਪਏ ਦਾ ਕਟਾ ਸਕਦੇ ਹਾਂ ਜੀ? ਓਵਨ ਨਹੀਂ ਆ, ਟੀਵੀ ਵੀ ਦੇ ਸਕਦੇ ਹੋ ਇਹਦੇ 'ਚ ਤੁਸੀਂ, ਕੋਈ ਵੀ ਪੁਰਾਣੀ ਆਈਟਮ ਇੱਕ ਦੇ ਸਕਦੇ, 2 ਹਜ਼ਾਰ ਦਾ ਕੱਟਦੇ ਹਾਂ। ਉਹ ਟੀਵੀ ਤਾਂ ਆਮ ਤੌਰ 'ਤੇ ਹੁਣ ਚੂਹੇ ਬੜੇ ਪਏ ਲੋਕਾਂ ਦੇ। ਕੋਈ ਗੱਲ ਨਹੀਂ, ਫਿਰ ਆਪਾਂ 2 ਹਜ਼ਾਰ ਦਾ ਕੱਟ ਦੇਵਾਂਗੇ। ਟੀਵੀ ਆਪਾਂ ਕੱਟ ਲਿਆ, ਮੰਨ ਲਓ ਵੀ ਟੀਵੀ ਖੜਾ ਹੈ, ਚੂਹੇ ਪਏ ਵੀ, ਬਸ ਕੋਈ ਚੱਕਰ ਨਹੀਂ। ਹਾਂਜੀ, ਆਪਾਂ ਟੀਵੀ ਕਿੰਨੇ ਦਾ ਕੱਟਾਂਗੇ? 2 ਹਜ਼ਾਰ। 2 ਹਜ਼ਾਰ ਦਾ ਟੀਵੀ, ਭਾਵੇਂ ਗੀਜ਼ਰ 'ਚ ਲੈ ਲਓ, ਭਾਵੇਂ ਫਿਲਟਰ 'ਚ ਕਟਾ ਦਿਓ ਜੀ, ਹਾਂ 2 ਹਜ਼ਾਰ ਦੇ ਕੱਟਿਆ ਟੀਵੀ। ਹਾਂਜੀ, ਆ ਜਾਓ ਇਦੋਂ ਗਾਂ, ਆ ਜਾਓ, ਆ ਜਾਓ, ਐਲਈਡੀਆਂ ਤੇ ਆ ਜਾਓ ਸਰ। ਐਲਈਡੀਆਂ, ਐਲਈਡੀਆਂ ਕਿੱਥੇ ਪਈਆਂ? ਹਾਂਜੀ, ਉਹ ਪਈ ਐਲਈਡੀ। ਹਾਂਜੀ ਹਾਂ,
ਹਾਂ ਐਲ ਈ ਡੀ 'ਚ ਕੀ ਕੀ ਕੱਟੋਗੇ? ਇਹ 13,000 ਦੀ ਐਲ ਈ ਡੀ ਹੈ ਜੀ ਜੀ, ਇਹ 'ਚ ਆਪਣਾ 5,000 ਦਾ ਟੀ ਵੀ ਕੱਟਿਆ ਜਾਊ ਆਪਣਾ, 8,000 ਹੀ ਦੇਣਾ ਪਊ, 2 ਸਾਲ ਦੀ ਇਹਦੀ ਗਰੰਟੀ ਹੈ। ਅੱਛਾ, ਜਿਹੜਾ ਟੀ ਵੀ ਤੁਸੀਂ ਉੱਥੇ 2,000 ਦਾ ਕੱਟਦੇ ਸੀ ਉਹੀ ਇੱਥੇ 5 ਦਾ ਕੱਟੋ? ਹਾਂਜੀ ਹਾਂ, ਜੇ ਅਗਲੇ ਦਾ ਓਵਨ ਲੈਂਦੇ ਲੈਂਦੇ ਦਾ ਬਣ ਗਿਆ ਤਾਂ ਉਹੀ ਟੀ ਵੀ ਦਾ ਮੁੱਲ 5,000 ਪੈ ਗਿਆ। ਹਾਂਜੀ ਹਾਂ, ਹਾਂਜੀ ਹਾਂ। ਮੰਨ ਲਓ ਵੀ ਜੇ ਕਿਸੇ ਦਾ ਤੂੜੀ ਤਾੜੀ ਵਾਲੇ ਸਿੱਟਾ ਪਿਆ, ਉਹ 5 ਦਾ, ਜਿਹੋ ਜਿਹਾ ਮਰਜ਼ੀ ਹੋਵੇ ਜੀ, ਉਹ 5,000 ਦਾ ਕੱਟਿਆ ਜਾ। 5 ਦਾ ਭਾਈ, ਜੇ ਕਿਸੇ ਨੇ ਐਲਈਡੀ ਲੈਣੀ ਹੈ ਤੇ ਜੇ ਕਿਸੇ ਕੋਲ ਪੁਰਾਣੀ ਐਲਈਡੀ ਪਈ ਹੈ ਤਾਂ ਵੀ 5 ਦੀ, ਇੱਕ ਚੀਜ਼ ਕੱਟੀ ਜਾਣੀ ਜਿਹੜੀ ਮਰਜ਼ੀ, ਇੱਕ ਨਾਲ ਇੱਕ ਚੀਜ਼ ਹੀ ਕੱਟਾਂਗੇ ਜੀ। ਲਓ ਜੀ, ਹਾਂਜੀ, ਕੱਟੀ ਗਈ ਤੇ ਜੇ ਕੋਈ 2 ਟੀਵੀ ਲਿਆਵੇ ਨਾ, ਇੱਕ ਨਾਲ ਇੱਕ ਹੀ ਕੱਟਦੇ, ਇੱਕ ਹੋਰ ਚੀਜ਼ 'ਚ ਪਾ ਦੇਵਾਂਗੇ, ਇੱਕ ਵੱਟੇ ਓਵਨ ਦੇ ਦੇਵਾਂਗੇ, ਗੀਜ਼ਰ ਦੇ ਦੇਵਾਂਗੇ। ਗੀਜ਼ਰ ਬਹੁਤ ਵਧੀਆ ਆਏ ਨੇ ਬਿਜਲੀ ਵਾਲੇ ਆਪਣੇ ਕੋਲੇ। ਤੇ ਜੇ ਆਹ ਲੈਣਾ ਹੋਵੇ ਐਲਈਡੀ ਸਟੈਂਡ, ਇਹ ਕਿੰਨਾ ਦੇਵੋਗੇ? ਇਹ ਐਲਈਡੀ ਸਟੈਂਡ ਆਪਣਾ ਹੈਗਾ ਜੀ 15,000 ਰੁਪਏ ਦਾ। ਅੱਛਾ ਜੀ, ਇਹਦੇ ਨਾਲ ਆਪਾਂ ਨੂੰ ਐਲਈਡੀ ਫ੍ਰੀ ਆ ਜੀ, 32 ਇੰਚੀ ਵੱਡਾ ਐਲਈਡੀ ਸਟੈਂਡ ਹੈ ਜੀ, 15,000 ਰੁਪਏ ਦਾ। ਅੱਛਾ, ਹਾਂਜੀ ਹਾਂ, ਇੱਥੋਂ ਤੱਕ ਇਹਦੇ ਨਾਲ ਆਹ 15,000 ਦਾ ਮੈਂ ਆਹ ਖਰੀਦ ਲਿਆ। ਹਾਂਜੀ ਹਾਂ, ਤੇ ਇਹਦੇ ਨਾਲ ਐਲਈਡੀ ਕਿੰਨੇ ਇੰਚ ਦੀ ਦੇਵੋਗੇ? ਐਲਈਡੀ 32 ਇੰਚੀ ਫ੍ਰੀ ਹੈ ਜੀ, ਸਮਾਰਟਫੋਨ ਆ ਉਹ 15 ਵਾਲੀ? ਹਾਂਜੀ ਹਾਂ, ਉਹੀ 15 ਵਾਲੀ ਇਹਦੇ ਨਾਲ ਫ੍ਰੀ ਆ। ਇਹ ਦੀਵਾਲੀ ਆਫਰ ਆਈ ਹੈ ਜੀ ਆਪਣੇ ਕੋਲ। ਮੈਨੂੰ ਦੁਬਾਰਾ ਦੱਸਿਓ ਆਹ ਕਿੰਨੇ ਦਾ? 15,000 ਦਾ ਜੀ। 15,000 ਦੇ ਨਾਲ 15,000 ਦੀ ਐਲਸੀਡੀ ਫ੍ਰੀ ਆ? ਫ੍ਰੀ ਆ, ਹਾਂਜੀ, 32 ਇੰਚੀ ਐਲਈਡੀ, ਉਹ ਨਾਲ ਇਹਦੇ ਫ੍ਰੀ ਆ। ਦੇਖ ਲਓ ਡੈਰੀ ਡੂਰੀ ਤੇ ਸਹੀ ਹੈ? ਦੇਖ ਲਿਆ ਜੀ ਜਮਾ। ਹਾਂਜੀ, ਘਰੇ ਕਲੇਸ਼ ਪੈ ਜਾਣਾ ਤੁਹਾਡੇ? ਨਾ 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 ਜੀ, ਮਾਲਕ ਤੁਸੀਂ ਹੀ ਨਾ ਕਰਦੇ? ਹਾਂਜੀ ਹਾਂਜੀ ਹਾਂਜੀ, ਆਵੇ ਉੱਪਰ ਵੱਡੇ ਦੇ ਜਾਂਦਾ, ਮੈਨੂੰ ਡਰਾਈ ਜਾਂਦਾ, ਮੈਨੂੰ ਮੁੜ ਕੇ ਗਾਹਕਾਂ ਨਾਲ ਮੇਰਾ ਕਲੇਸ਼ ਪਿਆ ਫਿਰੇ। ਆਓ ਜੀ, ਆਹ ਸਕੀਮ ਕਹਿੰਦੇ ਸਭ ਤੋਂ ਜ਼ਿਆਦਾ ਵਿਕ ਰਹੀ ਹੈ। ਹਾਂਜੀ ਹਾਂ, ਹਾਂਜੀ ਹਾਂਜੀ ਹਾਂ, ਕੀ ਸਕੀਮ ਹੈ? ਇਹ ਸਗਨ ਸਕੀਮ ਹੈ ਜੀ, 51,000 ਰੁਪਏ ਦੇ ਵਿੱਚ ਆਪਾਂ 11 ਆਈਟਮਾਂ ਦਿੰਦੇ ਹਾਂ ਦਾਜ ਦੀਆਂ ਜੀ। ਜੀ ਹਾਂਜੀ ਹਾਂ, ਕਿੰਨੀਆਂ? 11 ਆਈਟਮਾਂ ਜੀ। 11 ਆਈਟਮਾਂ ਕੀ ਦੇ ਰਿਹਾ? 11 ਆਈਟਮਾਂ ਦੇ ਵਿੱਚ ਇੱਕ ਤਾਂ ਆਪਾਂ ਬਾਕਸ ਬੈੱਡ ਦਿੰਦੇ ਹਾਂ, ਜਿਹੜੇ ਮਰਜ਼ੀ ਲਓ ਤੁਸੀਂ, ਨਾਲੇ ਦੇ ਆਪਾਂ ਨੂੰ ਗੱਦੇ ਸਾਰੀ ਦੁਕਾਨ 'ਚੋਂ ਜਿਹੜੇ ਮਰਜ਼ੀ ਲੈ ਸਕਦੇ। ਬੈੱਡ ਗੱਦੇ ਦੋ ਹੋ ਗਏ? ਦੋ ਹੋ ਗਏ, ਸੋਫਾ ਹੋ ਗਿਆ ਜੀ, ਸੋਫੇ ਨਾਲ ਟੇਬਲ ਹੋ ਗਿਆ, ਇਹ 'ਚ 25 ਰੰਗ ਨੇ ਆਪਣੇ ਕੋਲ। ਆਹ 4 ਸੋਫੇ ਹੋ ਗਏ ਤੇ ਟੇਬਲ ਹੋ ਗਿਆ, ਇਹ ਹੋਊਗਾ 4 ਆਈਟਮ? ਹਾਂਜੀ ਹਾਂ, 4। ਪੰਜਵਾਂ ਕੂਲਰ ਹੋ ਗਿਆ ਜੀ। ਪੰਜਵਾਂ ਕੂਲਰ ਹੋ ਗਿਆ, 5 ਆਈਟਮਾਂ। ਆ ਵੱਡੀ ਅਲਮਾਰੀ ਜੀ, 6 ਆਈਟਮਾਂ। ਆ ਵੱਡੀ ਪ੍ਰੈਸ ਟੇਬਲ ਆ ਜੀ, 7 ਆਈਟਮਾਂ। 7 4 ਇਹਦੇ ਨਾਲ ਛੋਟੀਆਂ ਨੇ ਜੀ, ਡਿਨਰ ਸੈੱਟ ਹੋ ਗਿਆ, ਪ੍ਰੈਸ ਹੋ ਗਿਆ, ਹੈਂਡੀ ਹੋ ਗਈ ਤੇ ਆਪਣਾ ਰੋਟੀਆ ਡੱਬਾ। ਅੱਛਾ, ਇਹ ਹੋ ਗਈਆਂ 11 11 ਟੋਟਲ 11 ਹੋ ਗਈ। ਹਾਂਜੀ 11 ਹੋ ਗਈਆਂ। ਹਾਂਜੀ, ਇਹ 11 ਹੋ ਗਈਆਂ, 51,000। ਹਾਂਜੀ ਹਾਂ, ਤੇ ਇਹਦੇ ਵਿੱਚ ਆਪਾਂ ਨੂੰ ਇੱਕ ਤਾਂ ਡਿਲੀਵਰੀ ਫ੍ਰੀ ਆ ਸਾਰੇ ਪੰਜਾਬ ਦੀ। ਅੱਛਾ, ਇਹ ਫਿਰ ਤਾਂ 12 ਆਈਟਮਾਂ ਹੋਊਗਾ? ਹਾਂਜੀ ਹਾਂ, ਇੱਕ 1100 ਰੁਪਏ ਆਪਾਂ ਸਗਨ ਦਿੰਦੇ ਹਾਂ ਜੀ ਨਾਲ। ਅੱਛਾ, ਇਹ ਤਾਂ ਫਿਰ 13 ਹੋ ਗਈਆਂ। ਹਾਂਜੀ ਹਾਂ, ਬਾਬੇ ਨਾਨਕ ਦੀ 13-13 ਜੀ। ਹਾਂ ਹਾਂਜੀ, 13 ਆਈਟਮਾਂ ਹੋ ਗਈਆਂ, 13 ਆਈਟਮਾਂ ਆਪਾਂ ਦੇ ਰਹੇ ਹਾਂ 5,100 ਰੁਪਏ 51,000 ਰੁਪਏ ਦੇ ਵਿੱਚ। 51,000 ਰੁਪਏ ਦੇ ਵਿੱਚ ਟੋਟਲ ਸ਼ਗਨ ਸਕੀਮ ਹੋ ਗਈ। ਹਾਂਜੀ, ਵੀ ਇੱਕ ਧੀ ਦਾ ਦਾਜ ਤੇ ਆਪਾਂ 1100 ਨਾਲ ਸ਼ਗਨ ਵੀ ਦੇਤਾ। ਹਾਂਜੀ, ਤੇ ਨਾਲ ਆਪਾਂ ਛੱਡ ਵੀ ਆਏ। ਹਾਂ, ਡਿਲੀਵਰੀ ਫ੍ਰੀ ਸਾਰੇ ਪੰਜਾਬ ਦੀ, ਜਿੱਥੇ ਕੋਈ ਮਰਜ਼ੀ, ਕੋਈ ਜਲੰਧਰ ਮੰਗਾਵੇ, ਕੋਈ ਅੰਮ੍ਰਿਤਸਰ ਮੰਗਾਵੇ ਜੀ, ਹਾਂ, ਉਹ ਸਾਰੀ ਡਿਲੀਵਰੀ ਆਪਣੀ ਫ੍ਰੀ ਹੈ। ਜੇ ਕਿਸੇ ਨੇ ਦਾਜ ਲੈਣਾ ਕਿਸੇ ਨੇ ਧੀ ਵਾਸਤੇ ਤਾਂ ਉਹ ਹਾਂਜੀ ਲੈ ਸਕਦਾ। ਬਹੁਤ ਵਧੀਆ, 51,000 ਦੇ ਵਿੱਚ ਜਿਹੜੀ ਮਰਜ਼ੀ ਅਲਮਾਰੀ ਲਓ, ਲੋਹੇ ਦੀ ਲਓ, ਲੱਕੜ ਦੀ ਲਓ, ਸਾਰੇ 51,000 ਦੀ ਸਕੀਮ 'ਚ, ਕੋਈ ਬੈੱਡ ਲਾ ਲਓ। ਜੇ ਮੈਂ ਆਹ ਅਲਮਾਰੀ ਹੈ ਮੇਰੇ ਕੋਲ, ਹਾਂਜੀ ਹਾਂ, ਤੇ ਜੇ ਮੰਨ ਕੇ ਚਲੋ ਮੈਂ ਇੱਕ ਅਲਮਾਰ ਕੋਈ ਲਿਜਾਣੀ ਹੈ ਤੇ ਮੇਰੇ ਘਰੇ ਹੋਰ ਅਲਮਾਰੀ ਪਈ ਆ, ਲਓਗੇ? ਹਾਂਜੀ ਹਾਂ, 6,000 ਦੀ ਲਵਾਂਗੇ ਜੀ, ਇਹ 15,000 ਦੀ ਹੈ ਜੀ, ਇਹਦੇ ਨਾਲ 6,000 ਦੀ ਆਪਣੀ ਪੁਰਾਣੀ ਕੱਟੀ ਜਾਊ, ਭਾਵੇਂ ਪੇਟੀ ਦੇ ਦਿਓ, ਭਾਵੇਂ ਅਲਮਾਰੀ ਦੇ ਦਿਓ, ਆ ਜਾਓ, ਭਾਵੇਂ ਪੁਰਾਣਾ ਢੋਲ ਦੇ ਦਿਓ, ਢੋਲ ਵੀ 4,000 ਦਾ ਕੱਟ ਦੇਵਾਂਗੇ, ਜਿਹੜੇ ਪਹਿਲਾਂ ਵੱਡੇ ਢੋਲ ਜੇ ਹੁੰਦੇ ਸੀ ਕਣਕ ਵਾਲੇ, ਦਾਣੇ ਵਾਲੇ। ਹਾਂਜੀ ਹਾਂ, ਉਹ 4,000 ਦਾ ਕੱਟਿਆ ਜਾਂਦਾ ਯਾਰ। ਅਸੀਂ ਤਾਂ ਬੱਟੇ ਮਾਰ ਮਾਰ ਕੇ ਇਕੱਠੇ ਕਰਕੇ ਕਬਾੜੀਆਂ ਨੂੰ ਦੇਤੇ ਯਾਰ, 6,000 ਮੁੱਲ ਪਈ ਜਾਂਦਾ ਇੱਥੇ। ਇਹਦੇ ਨਾਲ ਟੈਲੀਵਿਜ਼ਨ ਵੀ 5,000 ਦਾ ਕੱਟਿਆ ਜੂ ਅਲਮਾਰੀ ਨਾਲ ਆਪਣਾ, ਕਿਉਂਕਿ ਟੈਲੀਵਿਜ਼ਨ ਪਿਆ ਵੀ ਆਪਾਂ ਨੂੰ ਲੋੜ ਨਹੀਂ, ਅਲਮਾਰੀ ਦੀ ਲੋੜ, ਅਲਮਾਰੀ ਲਿਜਾ ਸਕਦੇ, ਕਰ ਲਓ ਗੱਲ। ਹੋਰ ਕੀ ਚੱਲਦਾ ਤਾਂ ਚੱਲੀਏ? ਹਾਂਜੀ, ਉੱਪਰ ਅਲਮਾਰੀਆਂ ਦੇ ਡਿਜ਼ਾਈਨ ਦੇਖੋ ਸਾਰੇ ਸਰ, ਚਲ ਦਿਖਾਏ ਤਾਂ ਦਿਖਾ ਦੇਣੇ ਆ ਪ੍ਰੀਤ ਨੇ, ਵਿੱਚ ਅਲਮਾਰੀਆਂ ਦੇ ਡਿਜ਼ਾਈਨ ਤਾਂ ਇਹ ਸਾਰੇ ਇਸੇ ਸਕੀਮ 'ਚ ਹੀ ਹੈ ਜੀ, ਟੋਟਲ ਸਾਰੇ। ਹਾਂਜੀ ਹਾਂ, ਜਿਹੜੀ ਮਰਜ਼ੀ ਅਗਲਾ ਅਲਮਾਰੀ ਲਾ ਲੇ 5 ਫੁੱਟ ਵਾਲੀ ਜੀ, ਹਾਂ, ਇਹ 'ਚ 35 ਡਿਜ਼ਾਈਨ ਨੇ ਆਪਣੇ ਕੋਲ ਜੀ, ਜਿਹੜਾ ਮਰਜ਼ੀ ਬੈੱਡ ਲਾ ਲਵੇ ਜੀ, ਆ ਬੈੱਡ ਵੀ ਸਾਰੇ ਡਿਜ਼ਾਈਨ ਦੇ, ਤੁਸੀਂ ਤਾਂ ਆਓ, ਇੱਕ ਤਾਂ ਵੀ ਬਹੁਤ ਕਮਾਲ ਦੀ ਸਕੀਮ ਆ। ਉੱਪਰ ਆ ਗਿਆ, ਉੱਪਰ ਆ ਗਏ ਬਾਈ ਆ ਸੋਫੇ। ਹਾਂ, ਸੋਫੇ ਉਹੀ ਸਗਨ ਸਕੀਮ ਵਾਲੇ ਆ, ਜਿਹੜਾ ਮਰਜ਼ੀ ਅਗਲਾ ਰੰਗ ਡਿਜ਼ਾਈਨ ਲਵੇ। ਅੱਛਾ, ਸਗਨ ਸਕੀਮ ਦੇ ਵਿੱਚ ਇਹਨਾਂ 'ਚੋਂ ਜਿਹੜਾ ਮਰਜ਼ੀ ਡਿਜ਼ਾਈਨ ਬੰਦਾ ਚੋਇਸ ਕਰ ਸਕਦਾ? ਹਾਂਜੀ, ਤੇ ਇਹਨਾਂ ਦੇ ਜੇ ਇਕੱਲਾ ਸੈੱਟ ਲੈਣਾ? ਇਹ ਇਕੱਲਾ ਸੈੱਟ ਲੈਣਾ 20,000 ਰੁਪਏ ਦਾ ਜੀ ਜੀ, ਇਹਦੇ ਨਾਲ 5,000 ਦਾ ਆਪਣਾ ਪੁਰਾਣਾ ਕੱਟਿਆ ਜੂ, 15,000 'ਚ ਰਹਿ ਗਿਆ। ਹਾਂਜੀ ਹਾਂ, ਭਾਵੇਂ ਸੋਫਾ ਦੇ ਦਿਓ, ਭਾਵੇਂ ਇਹਦੇ ਨਾਲ ਅਲਮਾਰੀ ਦੇ ਦਿਓ, ਇਹਦੇ ਨਾਲ ਭਾਵੇਂ ਪੇਟੀ ਦੇ ਦਿਓ, ਤੁਸੀਂ ਸੋਫੇ ਲੈਣੇ ਆ, ਕਈ ਵਾਰੀ ਸੋਫੇ ਪੁਰਾਣੇ ਨਹੀਂ ਹੁੰਦੇ ਜੀ। ਇਸੇ ਤਰ੍ਹਾਂ ਆਹ ਜੀ 25,000 ਰੁਪਏ ਦੇ ਵਿੱਚ ਜੀ, ਇਹ 7 ਸੀਟ ਵਾਲਾ। ਅੱਛਾ ਜੀ, ਹਾਂਜੀ, ਇਹਦੇ ਨਾਲ ਆਪਣਾ 7,000 ਦਾ ਕੱਟਿਆ ਜੂ। ਅੱਛਾ ਜੀ, ਉਹੀ ਸੋਫਾ ਇਹਦੇ 7,000 ਦਾ ਕੱਟਿਆ ਜਾਊ ਜੀ, ਭਾਵੇਂ ਪੀੜਾ ਸੈੱਟ ਪਿਆ ਕਰੇ। ਹਾਂਜੀ ਹਾਂ, ਪੀੜਾ ਸੈੱਟ ਵੀ ਕੱਟ ਦੇਵਾਂਗੇ 5,000 ਦਾ ਜੀ। ਅੱਛਾ ਠੀਕ ਆ। ਇਸੇ ਤਰ੍ਹਾਂ ਪੱਖੇ ਆਏ ਨੇ ਜੀ, ਹਿੰਦ ਕੰਪਨੀ ਦੇ
जिहो जिहा मर्जी बेकार हो जी। हाँ जी हाँ, एक 2500 का, एक 3000, दो तरह के ने। 1000 का अपना पुराना कटिया जो आ जा अंदर आ जा, होर स्कीम भी दस दें थोड़ी। हूँ तो मैं लगता ही नहीं मैं कुछ पूछा है तो इन्हों की स्कीम आ जी। खेस टोटे पे है, यह खेस टोटे आए हैं जी। बीबिया वास्ते बहुत वधिया स्कीम आई है जी जी। हाँ जी, ये बीबिया ने 13 मैंबर बनाने होंगे ने अपने जी। हर महीने आके समान एक जने दवा सकते। अच्छा, उन्होंने वास्ते बहुत वधिया सहूलत है, जोड़ा मैंबर बना वास्ते भी बहुत वधिया सहूलत। जेड़ा तो 13 बीबिया जुड़न गियाँ। हाँ जी हाँ, उन्होंने वास्ते सहूलत भी किन्ने रुपये तो कमेटी शुरू। 100 रुपए की भी है, 200 की, 200 वाली भी शुरू कर सकते हैं। उस 3000 का समान मिलू, समान अगला कुछ भी ले लवे जी। जूसर पे ने, मिक्सियां पई ने, 150 आइटम अपने को। अच्छा, 1300-2600 रुपया उन्होंने इकट्ठा करना। हाँ जी हाँ, तो उन्होंने 3000 का समान दे देना। हाँ, उन्होंने 2600 का ही मिलू, जो 2600 बनाऊ, जो 1300 बनाऊ उन्होंने 13, जो 15 मैंबर बना लूँ तो 3000 बन जाऊ, 3000 का दे देना। अच्छा ठीक है ठीक है, तो जी बीबी मैंबर बनाऊगी वो होर भी ज्यादा। हाँ, उन्होंने तो बेनीफिट मिलेगा, उन्हें खेचल करके आना जी। हाँ, उन्हें हिम्मत करनी है। आइटम जी मर्जी अगला लवे जी, 150 आइटम अपने को जी। ये जी चादर लवे, भांडे लवे जी, जूसर, मिक्सियां जी। हाँ जी, तो जिहड़ियां ओह बीबियां समझ लैन माड़ा जिहा ठंडे दिमाग नाल कि 13 बीबियां ने इकट्ठियां होना। हाँ जी हाँ, 100-100 रुपया पाउणा। हाँ, वो हो गया 1300 रुपया। हाँ जी हाँ, एक बीबी नूं समान दवा के लै जाणा। हाँ जी, अगले महीने दूजी नूं दवा के लै जाणा, इदों अगले महीने तीजी। हाँ जी हाँ, ते 13वें महीने 13वीं नूं। हाँ जी हाँ, आह स्कीम है ठीक है। हाँ, इसे तरह जी पढ़दियां दी बहुत वधिया स्कीम है जी। दिवाली करके ऑफर आया जी पढ़दियां ते, भी 300 रुपए का पढ़दा जी अपने को 7 फुट वाला जी। इहदे नाल तुसीं पुराना पढ़दा सानू जिहो जिहा मर्जी दिओ, 150 रुपए का कटिया जी। 150 का पुराना पाटिया चिट्टिया कोई जिहो जिहा मर्जी होवे जी। हाँ जी हाँ, ते ओह दे जो, ते 150 रुपया होर दे के पढ़दा लै जो। हाँ जी हाँ, भी नवा पढ़ दे ले लो जी। आ सारा जिन्नी भी आइटम पई है इन्हां ते किसे ना किसे स्कीम कोई ना कोई हैगी होई है। इसे तरह कंबलां दी स्कीम आई है जी बहुत वधिया अपने कोल जी। 250 रुपए किलो कंबल ने, इत पुराने तुसीं सानू कोई भी चीज़ कटाओ, 50 रुपए किलो कट्टे जाणगे। पुराने कपड़े दिओ, पुराने कंबल दिओ, पुरानियां रजाइयां दे ले बेकार जिहड़े, 50 कट के आपां नूं 200 रुपए दी पैसे देने पैणगे। अच्छा, जिहड़ा समान अपना सट्टण वाला है। हाँ जी हाँ, वो तोल के बस इहदे नाल ऐवें तुसीं नवीं चीज़ लै सकदे हो। पुरानियां रजाइयां कंबल बेकार होए पए होण, वो सानू दे के नवें लै सकदे लो जी। ते एक बार फिर सुन लो कि तुसीं बरनाले आउणा, बस स्टैंड तो बस उतरना, उत्थे आटो लग्या होया फ्री वाला, बाई आपे पैसे दिंदा वो, वह आटो च बैठना, वो उपरले पासे बोर्ड लग्या होया वो तुहानू दिस रहा, वो उत्ते बहना बाई की दुकान पर आ जाना। हाँ जी ठीक है कि नहीं, इतों समान लै लेना बाई हुण तो फिर वो आटो ही छड के आऊगा जी। अच्छा, छड के भी यही आटो आऊगा फ्री दे। हाँ जी हाँ हाँ, लो जी आटो वाली स्कीम है जी, फ्री हुई है सारियां। हाँ जी हाँ, उत्ते कोई आओ साडे ते बाहर ही है जी। हाँ, तो यार बाई बहुत चंगा लग्या, ठीक है। हाँ जी हाँ, बई जे कोई किसी बंदे ने लैनी है चीज़ हाँ ते ले हाँ सकते हैं। मेरे हिसाब नाल दिखाया गया बई सारा कुछ। हाँ जी हाँ, एक चा सारा हो गया जी। हाँ, जेड़े बंदियां ने मतलब बीबियां ने कट्ठियां होके स्कीम नाल कम कट्ठियां होके करना ग्रुप सिस्टम। हाँ जी हाँ, वो बहुत वधिया कर सकदियां। ते जे कोई बीबियां ने कल्लियां ने आउणा भी आपदा समान दे के कटा के लिजाणा, वो भी लिया सकदे। हाँ जी हाँ, जे दाज दा समान लैणा कोई भी लैणा तुसीं आओगे ना, सारा तां मैं इन्नी वीडियो च दिखा नहीं सकिया, बहुत कुछ आ, बहुत वड्डी दुकान आ ते बहुत वड्डा दिल आ बाई दा। आओ, जरूर दर्शन दे के जाओ, तुहाडा फायदा होगा। ज्यों दे रहो, सत श्री अकाल।